ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਮਜੀਤ ਸਿੰਘ ਪੱਟੀ, ਪਿੰਡ ਡਸਕਾ, ਜ਼ਿਲ੍ਹਾ ਸੰਗਰੂਰ। ਪਰਮੇਸ਼ਰ ਦਰਬਾਰ ਸਿਹਤ ਸੁਧਾਰ ਮਿਸ਼ਨ ਦੇ ਤਹਿਤ ਅੱਜ ਮੈਂ ਆਪ ਜੀ ਦੇ ਵਿੱਚ ਇੱਕ ਐਸੀ ਵੀਡੀਓ ਲੈ ਕੇ ਆਇਆ, ਐਸੀ ਬਿਮਾਰੀ ਦਾ ਇਲਾਜ ਲੈ ਕੇ ਆਇਆ। ਕਈ ਦਿਨਾਂ ਤੋਂ, ਪਿਛਲਿਆਂ ਤੋਂ ਕੁਝ ਐਸੇ ਵੀਰਾਂ ਦੇ ਫੋਨ ਆ ਰਹੇ ਸੀ, ਰਾਗੀ ਸਿੰਘਾਂ ਦੇ, ਕੁਝ ਜਿਹੜੇ ਗਲਾ ਬੋਲਣ ਦਾ ਕੰਮ ਜ਼ਿਆਦਾ ਕਰਦੇ ਆ ਉਹਨਾਂ ਦਾ। ਸੋ ਗਲੇ ਦੇ ਵਿੱਚ ਕਹਿੰਦੇ ਪ੍ਰੋਬਲਮਾਂ ਜ਼ਿਆਦਾ ਆਉਂਦੀਆਂ ਨੇ, ਆਵਾਜ਼ ਦਬੀ ਜੀ ਰਹਿੰਦੀ ਹੈ, ਬਲਗਮ ਨਾਲ ਆਵਾਜ਼ ਸਾਫ਼ ਨਹੀਂ ਆਉਂਦੀ। ਉਹਨਾਂ ਵਾਸਤੇ ਇੱਕ ਬਹੁਤ ਵਧੀਆ ਮੈਂ ਨੁਸਖਾ ਲੈ ਕੇ ਆਇਆ, ਜਿਹਨੇ ਗਲੇ ਦੇ ਜ਼ਿਆਦਾ ਕੰਮ ਹੈ, ਜਿਨ੍ਹਾਂ ਦਾ ਬੋਲਣ ਦਾ ਜ਼ਿਆਦਾ ਕੰਮ ਹੈ, ਜਿਹ 'ਚ ਗ੍ਰੰਥੀ ਵੀ ਆਉਂਦੇ ਆ, ਰਾਗੀ ਵੀ ਆਉਂਦੇ ਆ, ਢਾਡੀ ਵੀ ਆਉਂਦੇ ਆ, ਕਵੀਸ਼ਰ ਵੀ ਆਉਂਦੇ ਆ, ਗਾਇਕ ਵੀ ਆਉਂਦੇ ਆ, ਕਈਆਂ ਦੇ ਫੋਨ ਆਏ ਮੇਰੇ ਕੋਲ। ਤਾਂ ਸਾਰਿਆਂ ਨਾਲੋਂ ਬੈਸਟ ਇਲਾਜ ਹੈ, ਤੁਹਾਨੂੰ ਪਹਿਲੇ ਦਿਨ ਤੋਂ ਰਿਜ਼ਲਟ ਵਧੀਆ ਮਿਲੇਗਾ। 100 ਗ੍ਰਾਮ ਪਾਣ ਦੀ ਜੜ ਪੰਸਾਰੀਆਂ ਤੋਂ ਮਿਲੇਗੀ, ਉਹ ਲੈ ਲਓ। 100 ਗ੍ਰਾਮ ਤੁਸੀਂ ਤੁਲਸੀ ਹੈ ਜਿਹੜੀ ਉਹਨੂੰ ਸੁਕਾ ਲਓ, ਔਰ 100 ਗ੍ਰਾਮ ਗਲੋਏ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਉਹ ਸੁਕਾ ਲਓ। ਇਹ 3 ਚੀਜ਼ਾਂ ਨੂੰ ਸੁਕਾ ਲਓ 100-100 ਗ੍ਰਾਮ ਨੂੰ, ਔਰ ਰੋਜ਼ 10 ਜਾਂ 20 ਗ੍ਰਾਮ ਰੋਜ਼ ਇਹਨੂੰ ਪਾਣੀ ਦੇ ਵਿੱਚ ਉਬਾਲੋ। ਸਵੇਰੇ ਸਵੇਰੇ ਖਾਲੀ ਪੇਟ 1 ਗਲਾਸ ਪਾਣੀ 'ਚ ਉਬਾਲੋ, ਜਦੋਂ ਚੌਥਾ ਹਿੱਸਾ ਰਹਿ ਜੇ ਉਬਲ ਉਬਲ ਕੇ ਫਿਰ ਇਹਨੂੰ ਉਤਾਰ ਕੇ ਕੋਸੇ ਕੋਸੇ ਨੂੰ ਪੀਓ। ਤੁਹਾਨੂੰ ਪਹਿਲੇ ਦਿਨ ਤੋਂ ਗਲੇ 'ਚ ਖਰਾਸ, ਗਲੇ 'ਚ ਕੋਈ ਖਰਾਬੀ, ਆਵਾਜ਼ ਸਾਫ਼ ਨਾ ਹੋਣੀ, ਦਬੀ ਜੀ ਰਹਿਣੀ, ਐਂ ਕੋਇਲ ਵਰਗੀ ਆਵਾਜ਼ ਹੋ ਜਾਏਗੀ, ਗਰੰਟੀ ਹੈ ਇਸ ਚੀਜ਼ ਦੀ। 3 ਚੀਜ਼ਾਂ ਲੈ ਲਓ, ਪਾਣ ਦੀ ਜੜ, ਤੁਲਸੀ 100 ਗ੍ਰਾਮ ਸੁਕਾ ਲਓ, 100 ਗ੍ਰਾਮ ਪੰਸਾਰੀਆਂ ਦੇ ਤੁਸੀਂ ਲੈ ਲਓ ਪਾਣ ਦੀ ਜੜ, 100 ਗ੍ਰਾਮ ਗਲੋਏ ਨੂੰ ਕੱਟ ਕੇ ਟੁਕੜੇ ਕਰ ਲਓ ਛੋਟੇ ਛੋਟੇ। ਇਹ 2 ਚੀਜ਼ਾਂ ਤੁਹਾਨੂੰ ਘਰੇ ਸੁਕਾਉਣੀਆਂ ਪੈਣਗੀਆਂ। ਪੰਸਾਰੀਆਂ ਤੋਂ ਸ਼ਾਇਦ ਸੁੱਕੀ ਗਲੋਏ ਮਿਲ ਜਾਂਦੀ ਹੈ, ਟਰਾਈ ਕਰ ਲਿਓ ਜੇ ਮਿਲ ਜੇ ਤਾਂ। ਵੈਸੇ ਘਰੇ ਸੁਕਾ ਲਓ 2 ਚੀਜ਼ਾਂ, ਤੁਲਸੀ ਅਤੇ ਗਲੋਏ 100-100 ਗ੍ਰਾਮ। ਪਾਣ ਦੀ ਜੜ ਜਿਹੜੀ ਸੁੱਕੀ ਹੋਈ ਉਹ ਪੰਸਾਰੀਆਂ ਦੇ ਤੁਹਾਨੂੰ ਮਿਲ ਜਾਏਗੀ। ਇਹਨਾਂ 3 ਚੀਜ਼ਾਂ ਨੂੰ 20-20 ਗ੍ਰਾਮ ਰੋਜ਼ 1 ਗਲਾਸ ਪਾਣੀ 'ਚ ਉਬਾਲੋ ਸਵੇਰੇ, ਚਾਹ ਤੋਂ ਪਹਿਲਾਂ ਉੱਠਣ ਸਾਰ ਕੋਸੀ ਕੋਸੀ ਇਹ ਪੀਓ, ਤੁਹਾਡਾ ਗਲਾ ਜਿਹੜਾ ਕੋਇਲ ਵਰਗੀ ਆਵਾਜ਼ ਹੋ ਜਾਏਗੀ, ਇਸ ਚੀਜ਼ ਦੀ ਗਰੰਟੀ ਹੈ, ਗਲ 'ਚ ਕੋਈ ਦਿੱਕਤ ਨਹੀਂ ਆਏਗੀ। ਬੋਲਣ ਵਾਲਿਆਂ ਲਈ ਇਹ ਬੈਸਟ ਇਲਾਜ ਹੈ, ਤੁਸੀਂ ਘਰ ਦੇ ਵਿੱਚ ਬਣਾ ਕੇ ਰੱਖੋ, ਬਹੁਤ ਵਧੀਆ ਇਲਾਜ ਹੈ, ਕੋਈ ਪੈਸਾ ਇੰਨਾ ਖਰਚ ਨਹੀਂ ਹੁੰਦਾ, ਗਲਾ ਤੁਹਾਡੀ ਆਵਾਜ਼ ਕੋਇਲ ਵਰਗੀ ਹੋ ਜਾਏਗੀ। ਸੋ ਇਹ ਪ੍ਰਸ਼ਨ ਸੀ ਮੈਨੂੰ ਕਈ ਵੀਰਾਂ ਦਾ, ਬੋਲਣ ਵਾਲਿਆਂ ਦਾ, ਤਾਂ ਮੈਂ ਇਸ 'ਤੇ ਵੀਡੀਓ ਪਾਈ ਹੈ। ਆਪ ਜੀ ਇਸ ਤੋਂ ਫਾਇਦਾ ਲਓ, ਹੋਰਾਂ ਨੂੰ ਅੱਗੇ ਦੱਸੋ। ਪਰਮੇਸ਼ੁਰ ਦਰਬਾਰ ਗੁਰਮਤਿ ਪ੍ਰਚਾਰ ਮਿਸ਼ਨ ਜਿੱਥੇ ਚੱਲ ਰਿਹਾ, ਉੱਥੇ ਪਰਮੇਸ਼ੁਰ ਦਰਬਾਰ ਸਿਹਤ ਸੁਧਾਰ ਮਿਸ਼ਨ ਨੂੰ ਵੀ ਅਸੀਂ ਘਰ ਘਰ ਦੇ ਵਿੱਚ ਪਹੁੰਚਾ ਰਹੇ ਹਾਂ। ਆਪਣੇ ਡਾਕਟਰ ਆਪ ਬਣੋ, ਕਿਸੇ ਦੇ ਮੁਹਤਾਜ ਨਾ ਹੋਵੋ, ਆਪਣੀ ਸਿਹਤ ਦੀ ਕੇਅਰ ਹੁਣ ਆਪ ਕਰੋ, ਤਾਂ ਜੋ ਵੱਡੀਆਂ ਬਿਮਾਰੀਆਂ ਸਾਡੇ ਸਰੀਰ 'ਤੇ ਆਉਣ ਹੀ ਨਾ। ਸ਼ੁਰੂ ਤੋਂ ਹਰ ਇੱਕ ਬਿਮਾਰੀ ਦਾ ਇਲਾਜ ਕਰਦੇ ਰਹੋਗੇ, ਆਪਣੇ ਸਰੀਰ ਦੀ ਕੇਅਰ ਕਰਦੇ ਰਹੋਗੇ, ਤਾਂ ਤੁਹਾਨੂੰ ਵੱਡੀਆਂ ਬਿਮਾਰੀਆਂ ਆ ਹੀ ਨਹੀਂ ਸਕਦੀਆਂ। ਤਾਂ ਇਸ ਕਰਕੇ ਆਪਣੇ ਡਾਕਟਰ ਆਪ ਬਣੋ, ਆਪਣੇ ਇਲਾਜ ਆਪ ਕਰੋ। ਸਾਰੀ ਸੰਗਤ, ਜਿੰਨੇ ਵੀ ਸਾਡੇ ਇਸ ਮਿਸ਼ਨ ਨਾਲ ਵੀਰ ਜੁੜੇ ਨੇ, ਸਭ ਦਾ ਤਹਿ ਦਿਲੋਂ ਧੰਨਵਾਦ। ਬਹੁਤ ਵੀਰ ਨੇ ਜਿਹੜੇ ਅੱਗੇ ਦੀ ਅੱਗੇ ਵੀਡੀਓ ਪਹੁੰਚਾ ਰਹੇ ਨੇ, ਅੱਗੇ ਦੀ ਅੱਗੇ ਇਲਾਜ ਦੱਸ ਰਹੇ ਨੇ, ਬਹੁਤ ਸਾਡਾ ਮਿਸ਼ਨ ਕਾਮਯਾਬ ਹੋ ਰਿਹਾ, ਬਹੁਤ ਵੀਰ ਜੁੜੇ ਹੈ। ਸੋ ਧੰਨਵਾਦ ਕਰਦੇ ਹਾਂ ਸਭ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।